ਕਾਗਜ਼ ਨੂੰ ਪਲੇਟ ਦੇ ਉੱਤੇ ਰੱਖ ਕੇ ਕਿਵੇਂ ਲੱਗ ਜਾਂਦੀ ਆ ਅੱਗ, ਆਓ ਜਾਣੀਏ ਪੂਰਾ ਐਕਸਪੈਰੀਮੈਂਟ। ਤੁਹਾਨੂੰ ਦੱਸਾਂਗੇ ਕੀ ਆ ਇਹਦੇ ਪਿੱਛੇ ਕਾਰਨ ਕੀ ਆ, ਵੀਡੀਓ ਐਂਡ ਤੱਕ ਜ਼ਰੂਰ ਦੇਖ। ਕਾਗਜ਼ ਨੂੰ ਮੈਂ ਇਹਦੇ ਉੱਤੇ ਪਲੇਟ 'ਤੇ ਰੱਖ ਦਾਂਗਾ। ਦੇਖੋ ਥੋੜ੍ਹੇ ਟਾਈਮ ਦਾ ਅੱਗ ਲੱਗ ਜੇ, ਅੱਗ ਲੱਗ ਗਈ ਇਹਨੂੰ ਦੇਖੋ ਜਾਦੂ। ਦੋਸਤੋ ਇਹ ਐਕਸਪੈਰੀਮੈਂਟ ਆ, ਤੁਹਾਨੂੰ ਦੱਸਾਂਗੇ ਵੀ ਕਿਵੇਂ ਆ, ਇਹਦੇ ਬਾਰੇ ਪੂਰੀ ਤੁਹਾਨੂੰ ਜਾਣਕਾਰੀ ਦੇਵਾਂਗੇ ਕਿਵੇਂ ਇਹਦੀ ਪਲੇਟ 'ਤੇ ਰੱਖ ਕੇ ਕਾਗਜ਼ ਨੂੰ ਅੱਗ ਲੱਗੀ। ਦੇਖੋ ਇੱਕ ਕਾਗਜ਼ ਹੋਰ ਆ ਮੈਂ ਤੁਹਾਨੂੰ, ਚੱਲ ਜੇ ਆ ਦੋਸਤੋ ਇਹ ਅੱਜ ਕੱਲ੍ਹ ਵੀ ਦੇਖੋ ਕਿਵੇਂ ਸਿਸਟਮ ਆ ਤੁਹਾਡੇ ਸਾਹਮਣੇ ਆ। ਕੁਛ ਨਹੀਂ, ਹਾਂਜੀ ਦੋਸਤੋ ਪਲੇਟ ਦੇ ਵਿੱਚ ਕਾਗਜ਼ ਨੂੰ ਰੱਖ ਕੇ ਅੱਗ ਕਿਵੇਂ ਲੱਗਦੀ ਹੈਗੀ ਉਹ ਤੁਹਾਨੂੰ ਦੱਸਾਂਗੇ। ਦੇਖੋ ਪਲੇਟ 'ਚ ਥੋੜ੍ਹੀ ਥੋੜ੍ਹੀ ਅੱਗ ਤੁਹਾਨੂੰ ਦਿਖਾਈ ਦੇ ਰਹੀ ਆ ਕਿਉਂਕਿ ਅਸੀਂ ਸ਼ਾਮ ਦੇ ਟਾਈਮ ਥੋੜ੍ਹਾ ਜਿਹਾ ਹਨੇਰਾ ਹੋਣ ਵਾਲਾ ਸੀ, ਤਾਂ ਹੀ ਤੁਹਾਨੂੰ ਇਹ ਅੱਗ ਦਿਖਾਈ ਦਿੰਦੀ ਆ। ਜੇਕਰ ਅਸੀਂ ਧੁੱਪੇ ਇਹ ਐਕਸਪੈਰੀਮੈਂਟ ਕਰਦੇ ਤੁਹਾਨੂੰ ਕੁਛ ਵੀ ਪਲੇਟ ਦੇ ਵਿੱਚ ਦਿਖਾਈ ਨਹੀਂ ਦੇਣਾ ਸੀ। ਇਹਦੇ ਪਿੱਛੇ ਜਿਹੜਾ ਮੇਨ ਕਾਰਨ ਕੀ ਆ, ਸੈਨੇਟਾਈਜ਼ਰ ਜਿਹੜਾ ਕਿ ਕਰੋਨਾ ਦੇ ਵਿੱਚ ਬਹੁਤ ਮਸ਼ਹੂਰ ਹੋਇਆ ਸੀਗਾ, ਇਹਨੂੰ ਪਲੇਟ ਦੇ ਵਿੱਚ ਪਾ ਲਿਆ। ਪਲੇਟ ਦੇ ਵਿੱਚ ਪਾ ਕੇ ਮਾਚਿਸ ਲਈ, ਧੁੰਦ ਹੋਣਾ ਮਾਚਿਸ ਲੈ ਕੇ ਇਹਦੇ ਉੱਤੇ ਅੱਗ ਲਾਤੀ, ਤੁਹਾਨੂੰ ਨਹੀਂ ਦਿਖਾਈ ਦੇਵੇਗੀ। ਜੇ ਥੋੜ੍ਹੀ ਜਿਹੀ ਵੀ ਦਿਖਾਈ ਦੇਵੇਗੀ ਉਹਦਾ ਕਾਰਨ ਇਹ ਹੈ ਕਿ ਆਪਾਂ ਸ਼ਾਮ ਨੂੰ ਵੀਡੀਓ ਬਣਾਈ ਆ, ਥੋੜ੍ਹਾ ਜਿਹਾ ਹਨੇਰਾ ਸੀਗਾ। ਤੁਹਾਨੂੰ ਜਾਂ ਰੂਮ ਦੇ ਵਿੱਚ ਬਣਾਓਗੇ ਤਾਂ ਤੁਹਾਨੂੰ ਦਿਖਾਈ ਦੇਊਗੀ, ਅਦਰਵਾਈਜ਼ ਜੇ ਤੁਸੀਂ ਧੁੱਪੇ ਬਣਾਓਗੇ ਤਾਂ ਤੁਹਾਨੂੰ ਕੋਈ ਵੀ ਅੱਗ ਦਿਖਾਈ ਨਹੀਂ ਦਿੰਦੀ। ਅਤੇ ਮੈਂ ਉਸ ਤੋਂ ਬਾਅਦ ਕਾਗਜ਼ ਆ ਜਿਹੜਾ ਉੱਪਰ ਰੱਖਤਾ ਅਤੇ ਕਾਗਜ਼ ਨੂੰ ਅੱਗ ਪਹਿਲਾਂ ਚੱਲੀ ਜਾਂਦੀ ਸੀ ਅਤੇ ਕਾਗਜ਼ ਨੂੰ ਅੱਗ ਲੱਗ ਗਈ। ਦੇਖੋ ਸੈਨੇਟਾਈਜ਼ਰ ਨਾਲ ਹੀ ਅੱਗ ਲੱਗੀ ਆ, ਕੋਈ ਜਾਦੂ ਵਾਲਾ ਕੰਮ ਨਹੀਂ ਸੀ ਇਹਦੇ ਵਿੱਚ, ਕੋਈ ਯਾਨੀ ਕਿ ਸ਼ਕਤੀ ਵਾਲਾ ਕੰਮ ਨਹੀਂ ਸੀ, ਕੋਈ ਜਾਦੂ ਵਾਲਾ ਕੰਮ ਨਹੀਂ ਸੀ। ਸੈਨੇਟਾਈਜ਼ਰ ਦੀ ਅੱਗ ਹੁੰਦੀ ਹੈ ਜਿਹੜੀ, ਦੇਖੋ ਤੁਹਾਨੂੰ ਬਹੁਤ ਥੋੜ੍ਹੀ ਥੋੜ੍ਹੀ ਦਿਖਦੀ ਹੋਊਗੀ ਕਿਉਂਕਿ ਥੋੜ੍ਹਾ ਹਨੇਰਾ ਹੋ ਗਿਆ ਤਾਂ ਕਰਕੇ। ਜੇ ਇਹ ਦੁਪਹਿਰੇ ਜਾਂ ਧੁੱਪੇ ਆਪਾਂ ਬਣਾਉਂਦੇ ਤਾਂ ਤੁਹਾਨੂੰ ਇਹ ਨਹੀਂ ਦਿਖਣੀ ਸੀਗੀ ਅੱਗ। ਅਤੇ ਹੁਣ ਆਪਾਂ ਕਾਗਜ਼ ਮੈਂ ਧਰਤਾ ਸੀ ਉੱਪਰ ਅਤੇ ਕਾਗਜ਼ ਨੂੰ ਅੱਗ ਲੱਗ ਗਈ ਕਿਉਂਕਿ ਅੱਗ ਪਹਿਲਾਂ ਹੀ ਚੱਲੀ ਜਾਂਦੀ ਸੀ। ਵੀਡੀਓ ਵਧੀਆ ਲੱਗੀ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਹੋਰ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਅਤੇ ਫੋਲੋ ਜ਼ਰੂਰ ਕਰ ਲਓ। ਧੰਨਵਾਦ।